ਸਵਾਗਤ ਹੈ ਪੀਟੀਸੀ نیوز ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਦੇਖ ਰਿਹਾ ਪੀਟੀਸੀ نیوز ਦਾ ਫੇਸਬੁੱਕ ਪੇਜ ਇੱਕ ਅਹਿਮ ਅਪਡੇਟ ਇੱਕ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੀ ਬੜੀ ਜ਼ਰੂਰੀ ਹੈ ਪਿਛਲੇ 2 ਕੁ ਦਿਨਾਂ ਤੋਂ ਮਾਹੌਲ ਬੜਾ ਟੈਂਸ ਹੈ ਮਾਹੌਲ ਬੜਾ ਗੰਭੀਰ ਹੈ ਜਾਂ ਕਹਿ ਲਓ ਮਾਹੌਲ ਗੰਭੀਰ ਬਣਾਇਆ ਜਾ ਰਿਹਾ ਹੈ ਖਾਸ ਤੌਰ ਤੇ ਉਹਨਾਂ ਬਾਰਡਰਾਂ ਤੇ ਜਿੱਥੇ ਕਿਸਾਨ ਭਾਈਚਾਰਾ ਲੰਬੇ ਸਮੇਂ ਤੋਂ ਬੈਠਾ ਹੈ ਇਦਾਂ ਲੱਗਣ ਲੱਗਿਆ ਹੈ ਕਿ ਹੁਣ ਸਾਰੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਤਾਂ ਜੋ ਇਸ ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ ਕੱਲ ਗਾਜ਼ੀਪੁਰ ਤੇ ਅੱਜ ਸਿੰਘੂ ਬਾਰਡਰ ਕੱਲ ਵੀ ਸਿੰਘੂ ਬਾਰ ਤਦੂ ਦੱਸਦੇ ਹਾਂ ਕਿ ਇਹ ਕੌਣ ਲੋਕ ਨੇ ਤੇ ਕਿਉਂ ਕਰ ਰਹੇ ਨੇ ਅਜਿਹਾ ਇਹ ਸਮਝਣਾ ਬੜਾ ਜ਼ਰੂਰੀ ਹੈ ਇਹਦੇ ਪਿੱਛੇ ਦਾ ਗਣਿਤ ਕੀ ਹੈ ਕਿਉਂ ਅਜਿਹਾ ਮਾਹੌਲ ਦੁਬਾਰਾ ਸਿਰਜਿਆ ਜਾ ਰਿਹਾ ਹੈ ਸ਼ਾਂਤਮਈ ਟੰਗ ਦੇ ਨਾਲ ਚੱਲ ਰਹੇ ਅੰਦੋਲਨ ਦੇ ਖਿਲਾਫ ਇਦਾਂ ਦੀ ਮੁਹਿੰਮ ਕਿਉਂ ਬਣਾਈ ਜਾ ਰਹੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਕੱਲ ਤੋਂ ਲੈਨੇ ਆ ਕੱਲ ਸਿੰਘੂ ਬਾਰਡਰ ਤੇ ਕੋਲ ਕੁਝ ਲੋਕ ਆਂਦੇ ਨੇ ਧਰਨਾ ਪ੍ਰਦਰਸ਼ਨ ਕਰਦੇ ਨੇ ਔਰ ਇਹ ਕਹਿੰਦੇ ਨੇ ਕਿ ਇਸ ਧਰਨੇ ਨੂੰ ਚੁੱਕਿਆ ਜਾਵੇ ਕਿਉਂਕਿ ਇਹ ਦੇਸ਼ ਵਿਰੋਧੀ ਧਰਨਾ ਹੈ ਜੀ ਇੱਥੇ ਅਸੀਂ ਸਥਾਨਕ ਲੋਕ ਆ ਸਾਨੂੰ ਬੜੀ ਦਿੱਕਤ ਆਂਦੀ ਹੈ ਟ੍ਰੈਫਿਕ ਰੁਕਿਆ ਹੋਇਆ ਬڑا ਨੁਕਸਾਨ ਹੁੰਦਾ ਪਹਿਲਾਂ ਕਿਉਂ ਨਾ ਹੋਇਆ ਇੰਨੇ ਮਹੀਨੇ ਪਹਿਲਾਂ ਚੱਲਦਾ ਰਿਹਾ ਸਥਾਨਕ ਲੋਕਾਂ ਦਾ ਸਾਥ ਮਿਲਦਾ ਰਿਹਾ ਲੰਗਰ ਪਾਣੀ ਪਹੁੰਚਦਾ ਰਿਹਾ ਦੁੱਧ ਪਹੁੰਚਦਾ ਰਿਹਾ ਸਥਾਨਕ ਲੋਕ ਕਹਿੰਦੇ ਨੇ ਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ ਆ ਕਿੰਨੀ ਹੈਰਾਨਗੀ ਦੀ ਗੱਲ ਹੈ ਸਥਾਨਕ ਲੋਕ ਸਾਥ ਦੇ ਰਹੇ ਨੇ ਤੇ ਜਿਹੜੇ ਲੋਕ ਪ੍ਰੋਟੈਸਟ ਕਰਨ ਆਏ ਨੇ ਉਹ ਕਰਨੇ ਸਾਨੂੰ ਪਤਾ ਹੀ ਨਹੀਂ ਇਹ ਕੌਣ ਅੱਜ ਜੋ ਕੁਝ ਹੋਇਆ ਉਹ ਤਾਂ ਸ਼ਰਮਸਾਰ ਕਰ ਦੇਣ ਵਾਲਾ ਮੁਲਕ ਨੂੰ ਸ਼ਰਮਸਾਰ ਕਰ ਦੇਣ ਵਾਲਾ ਕੁਝ ਕੁ ਲੋਕ ਇਕੱਠੇ ਹੁੰਦੇ ਨੇ ਉਹ ਲੋਕ ਤਰਨਾ ਪ੍ਰਦਰਸ਼ਨ ਜਿਹੜਾ ਕਿਸਾਨ ਭਾਈਚਾਰੇ ਦਾ ਚੱਲ ਰਿਹਾ ਉਧਰ ਵੱਲ ਨੂੰ ਵੱਧਦੇ ਨੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਖੜੀ ਹੈ ਇੱਕ ਵਾਰ ਫਿਰ ਮੂਕ ਦਰਸ਼ਕ ਬਣੀ ਹੈ ਜਿਵੇਂ ਲਾਲ ਕਿਲੇ ਚ ਮੂਕ ਦਰਸ਼ਕ ਬਣੀ ਸੀ ਇੱਕ ਵਾਰ ਫਿਰ ਤੋਂ ਮੂਕ ਦਰਸ਼ਕ ਬਣਦੀ ਹੈ ਸੌਕ ਲੋਕ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਤੁਹਾਨੂੰ ਦੱਸਿਏ ਲਗਭਗ 3 ਤੋਂ 3.5 ਕਿਲੋਮੀਟਰ ਅੰਦਰ ਉਹ ਲੋਕ ਆ ਜਾਂਦੇ ਨੇ ਇਸ ਤੋਂ ਵੱਡੀ ਹੈਰਾਨਗੀ ਦੀ ਕੀ ਗੱਲ ਹੈ ਕਿ ਪੁਲਿਸ ਉਹਨਾਂ ਨੂੰ ਲੈ ਕੇ ਆਂਦੀ ਹੈ ਏਦਾਂ ਲੱਗ ਰਿਹਾ ਕਿ ਪੁਲਿਸ ਉਹਨਾਂ ਨੂੰ ਕਹਿ ਰਹੀ ਹੋਵੇ ਕਿ ਤੁਸੀਂ ਸਾਡੇ ਪਿੱਛੇ ਪਿੱਛੇ ਆਓ ਅਸੀਂ ਤੁਹਾਡੇ ਅੱਗੇ ਅੱਗੇ ਚੱਲਦੇ ਹਾਂ ਲਗਭਗ 3 ਤੋਂ 3.5 ਕਿਲੋਮੀਟਰ ਅੰਦੋਲਨ ਦੇ ਅੰਦਰ ਪ੍ਰਦਰਸ਼ਨਕਾਰੀ ਆ ਜਾਂਦੇ ਨੇ ਇੱਥੇ ਆ ਕੇ ਉਹ ਪੱਥਰਬਾਜ਼ੀ ਕਰਦੇ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੱਥਰਬਾਜ਼ੀ ਕੀਤੀ ਜਾਂਦੀ ਹੈ ਰੋਲਾ ਪਾਇਆ ਜਾਂਦਾ ਹੈ ਉੱਥੇ ਸਮਾਨ ਤੋੜਿਆ ਜਾਂਦਾ ਟੈਂਟ ਪੁੱਟੇ ਜਾਂਦੇ ਨੇ ਪੁਲਿਸ ਮੂਕ ਦਰਸ਼ਕ ਬਣੀ ਹੈ 100 ਕ ਬੰਦਾ ਹੈ 100 100 ਤੋਂ ਵੀ ਘੱਟ ਗਿਣਤੀ ਉਹਨਾਂ ਬੰਦਿਆਂ ਦੀ ਹੁੰਦੀ ਹੈ ਪਰ ਉਹਨਾਂ ਨੂੰ ਰੋਕਣ ਦੇ ਵਿੱਚ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੀ ਪ ਹੰਦੀ ਹੈ ਮੁਲਕ ਨੂੰ ਸਭ ਦਿਖਦਾ ਸਭ ਸਮਝ ਆਉਂਦਾ ਸਾਰੇ ਸਮਝ ਰਹੇ ਨੇ ਇਹ ਕੌਣ ਹੈ ਕੌਣ ਲੋਕ ਨੇ ਕਿੱਥੋਂ ਆਏ ਨੇ ਸਥਾਨਕ ਲੋਕ ਜਿਹੜੇ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਇਹਨਾਂ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਇਹਨਾਂ ਨੂੰ ਤਾਂ ਇਸ ਇਲਾਕੇ 'ਚ ਕਦੇ ਦੇਖਿਆ ਹੀ ਨਹੀਂ ਜਿਹੜੇ ਲੋਕ ਆ ਕੇ ਇੱਥੇ ਤਰਨਾ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦਾ ਇੱਕ ਮੈਸੇਜ ਕੀ ਜਾਂਦਾ ਇਹ ਇਹ ਸਮਝਣਾ ਬੜਾ ਜ਼ਰੂਰੀ ਹੈ ਕੁਝ ਲੋਕ ਇਹ ਸੋਚ ਰਹੇ ਹੋਣੇ ਆ ਕਿ ਇਹ ਲੋਕ ਅੰਦੋਲਨ ਨੂੰ ਖਰਾਬ ਕਰਨ ਆਏ ਆ ਇਹ ਅੰਦੋਲਨ ਨੂੰ ਚੁੱਕਣ ਆਏ ਆ ਬਿਲਕੁਲ ਨਹੀਂ ਜੋ ਕਿ 150 ਲੋਕ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਅੰਦੋਲਨ ਨੂੰ ਨਹੀਂ ਚੁੱਕ ਸਕਦੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਚੁੱਕਿਆ ਨਹੀਂ ਜਾ ਸਕਦਾ ਉਹ ਇਸ ਲਈ ਆਏ ਨੇ ਕਿ ਮਾਹੌਲ ਖਰਾਬ ਹੋਵੇ ਮੀਡੀਆ ਦੇ ਜ਼ਰੀਏ ਲੋਕਾਂ ਦੇ ਜ਼ਰੀਏ ਘਰਾਂ ਤੱਕ ਇਹ ਮੈਸੇਜ ਜਾਵੇ ਕਿ ਸਿੰਘੂ ਬਾਰਡਰ ਦੇਖੋ ਮਾਹੌਲ ਖਰਾਬ ਹੋ ਗਿਆ ਘਰਾਂ ਦੇ ਵਿੱਚ ਜਿਹੜੇ ਪਰਿਵਾਰ ਵਾਲੇ ਬੈਠੇ ਨੇ ਉਹ ਫੋਨ ਕਰਨ ਆਪਣੇ ਘਰਦਿਆਂ ਨੂੰ ਕਿ ਜਲਦੀ ਵਾਪਸ ਆ ਜਾਓ ਉੱਥੇ ਮਾਹੌਲ ਖਰਾਬ ਹੋ ਰਿਹਾ ਹੈ ਇਹ ਹੈ ਮੈਸੇਜ ਦੇਣ ਦਾ ਸਿੱਧਾ-ਸਿੱਧਾ ਮੰਤਵ ਇਹ ਨਜ਼ਰ ਆਉਂਦਾ ਹੈ ਕਿ ਘਰਾਂ 'ਚ ਬੈਠੇ ਹੋਏ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੰਘੂ ਬਾਰਡਰ ਮਾਹੌਲ ਖਰਾਬ ਹੋ ਗਿਆ ਜਿਨ੍ਹਾਂ ਦੇ ਪੁੱਤਰ ਜਿਨ੍ਹਾਂ ਦੇ ਘਰ ਦੇ ਜਿਨ੍ਹਾਂ ਦੇ ਜੀ ਗਏ ਹੋਏ ਨੇ ਉਹਨਾਂ ਨੂੰ ਫੋਨ ਕਰ ਕਰਕੇ ਵਾਪਸ ਬੁਲਾਇਆ ਜਾਵੇ ਕਿ ਦੇਖੋ ਸਿੰਘੂ ਬਾਰਡਰ ਮਾਹੌਲ ਖਰਾਬ ਹੋਣ ਵਾਲਾ ਤੁਸੀਂ ਵਾਪਸ ਆ ਜਾਓ ਇਹ ਮਨਸ਼ਾ ਜਿਹੜੀ ਆ ਇਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਜੇ ਪੁਲਿਸ ਨਾਲ ਖੜੀ ਹੋਈ ਹੈ ਜੋ ਕੁਛ ਉਹ ਕਰ ਰਹੇ ਨੇ ਉਹ ਕਰਨ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜਦੋਂ ਆਪਣਾ ਪੂਰਾ ਕੰਮ ਕਰ ਲੈਂਦੇ ਨੇ ਫਿਰ ਉਹ ਤੇ ਲਾਠੀ ਚਾਰਜ ਕੀਤਾ ਜਾਂਦਾ ਅਥਰੂ ਗੈਸ ਦੇ ਗੋਲੇ ਵਾਰਾਏ ਜਾਂਦੇ ਨੇ ਤੁਸੀਂ 3 3.5 ਕਿਲੋਮੀਟਰ ਅੰਦਰ ਆਣ ਹੀ ਕਿਉਂ ਦਿੱਤਾ ਪਹਿਲਾਂ ਕਿਉਂ ਨਾ ਲਾਠੀ ਚਾਰਜ ਕੀਤਾ ਤੁਹਾਨੂੰ ਉਹਨਾਂ ਦੀ ਮਨਸ਼ਾ ਨਹੀਂ ਨਜ਼ਰ ਆ ਰਹੀ ਕਿ ਉਹ ਕੀ ਕਰਨਾ ਰਿਹਾ ਤੁਹਾਨੂੰ ਨਹੀਂ ਦਿਖ ਰਿਹਾ ਕਿ ਹੰਸਾ ਵਾਲਾ ਮਾਹੌਲ ਹੋ ਜਾਏਗਾ ਤੁਹਾਨੂੰ ਨਹੀਂ ਦਿਖ ਰਿਹਾ ਕਿ ਦੋਵੇਂ ਥੇਰਾ ਆਮੋ ਸਾਹਮਣੇ ਹੋ ਜਾਣਗੀਆਂ ਅਜਿਹਾ ਨੌਬਤ ਕਿਉਂ ਆਈ ਕਿਉਂਕਿ ਤੁਸੀਂ 3 3.5 ਕਿਲੋਮੀਟਰ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਆਣ ਦਿੱਤਾ ਤਾਂ ਜੋ ਟਕਰਾਹ ਬਣੇ ਇੱਥੇ ਆ ਕੇ ਉਹ ਹੰਗਾਮਾ ਕਰਨ ਇੱਕ ਡਰ ਇੱਕ ਸਹਿਮ ਦਾ ਮਾਹੌਲ ਬਣੇ ਉਸ ਮਾਹੌਲ ਨੂੰ ਸਿਰਜਿਆ ਜਾ ਰਿਹਾ ਹੈ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਵਿੱਚ ਲੋਕਾਂਾਂ ਚ ਜਿਹੜੇ ਬੈਠੇ ਨੇ ਉਹ ਆਪਣੇ ਘਰ ਦੇ ਜੀਆਂ ਨੂੰ ਫੋਨ ਕਰਨ ਕਿ ਤੁਸੀਂ ਬਾਰਡਰ ਛੱਡੋ ਫਟਾਫਟ ਵਾਪਸ ਆਓ ਕਿਉਂਕਿ ਮਾਹੌਲ ਖਰਾਬ ਹੋ ਗਿਆ ਸਾਡੇ ਪੱਤਰਕਾਰ ਲਗਾਤਾਰ ਰਿਪੋਰਟਿੰਗ ਉੱਥੋਂ ਕਰਕੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਸੀ ਸਾਡੇ ਪੱਤਰਕਾਰਾਂ ਨੂੰ ਥ੍ਰੈਟ ਕੀਤਾ ਗਿਆ ਕੈਮਰਾਮੈਨ ਨੂੰ ਥ੍ਰੈਟ ਕੀਤਾ ਗਿਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹ ਤਸਵੀਰਾਂ ਨਾ ਜੜੀਆਂ ਸਾਡੀ ਪਛਾਣ ਨਾ ਹੋ ਸਕੇ ਸਾਰਿਆਂ ਦੇ ਮੂੰਹ ਅੱਖਾਂ ਤੋਂ ਵੀ ਉੱਪਰ ਤੱਕ ਬੰਨੇ ਹੋਏ ਸੀ ਤਾਂ ਜੋ ਉਹ ਨਾ ਦੀ ਪਛਾਣ ਨਾ ਹੋ ਸਕੇ ਇਤੋਂ ਵੱਡੀ ਹੋਰ ਸ਼ਰਾਰਤ ਕੀ ਹੋ ਸਕਦੀ ਹੈ ਔਰ ਉਸ ਤੋਂ ਵੀ ਵੱਡਾ ਸਵਾਲੀਆ ਚਿੰਨ ਮੂਕ ਦਰਸ਼ਕ ਤਮਾਸ਼ੀਨ ਪੁਲਿਸ ਬਣੀ ਰਹੀ ਦੇਖਦੀ ਰਹੀ ਸਭ ਕੁਝ ਹੁੰਦਾ ਰਿਹਾ ਉਹਨਾਂ ਦੇ ਸਾਹਮਣੇ ਟੈਂਟ ਪੱਟੇ ਗਏ ਪੱਥਰ ਮਾਰੇ ਗਏ ਉਸ ਤੋਂ ਬਾਅਦ ਇਦਾਂ ਲੱਗਾ ਕਿ ਇੱਕ ਖਾਣਾ ਪੂਰਤੀ ਤੇ ਇੱਕ ਲਾਠੀ ਚਾਰਜ ਕੀਤਾ ਗਿਆ ਔਰ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਗਿਆ ਭਜਾ ਦਿੱਤਾ ਗਿਆ ਹੁਣ ਤੁਸੀਂ ਇੱਕ ਹਿਸਾਬ ਲਾਓ ਜਿਹੜੇ ਲੋਕ ਇੱਥੇ ਬੈਠੇ ਹੋਣਗੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਦੀ ਭਾਵਨਾ ਤਾਂ ਪੈਦਾ ਹੋਊਗੀ ਨਾ ਕਿ ਕਿਸੇ ਵੇਲੇ ਵੀ ਇਹ ਲੋਕ ਦੁਬਾਰਾ ਆ ਸਕਦੇ ਨੇ ਕਿਸੇ ਵਕਤ ਵੀ ਦੁਬਾਰਾ ਆ ਕੇ ਇੱਥੇ ਲਾਠੀ ਚਾਰਜ ਕਰ ਸਕਦੇ ਨੇ ਸੋ ਅਜਿਹਾ ਮਾਹੌਲ ਬਣਾਉਣ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਇਹ ਤੁਸੀਂ ਸਭ ਜਾਣਦੇ ਹੋ ਕੀ ਲਗਾਤਾਰ ਕਿਸਾਨ ਵੀਰ ਨੇ ਜੜੇ ਜਾਂ ਕਿਸਾਨ ਜਥੇਬੰਦੀਆਂ ਨੇ ਸਿੱਧਾ-ਸਿੱਧਾ ਸਰਕਾਰ ਤੇ ਇਲਜ਼ਾਮ ਲਾ ਰਿਹਾ ਨੇ ਕਿ ਸਰਕਾਰ ਹੁਣ ਗੁੰਡਾਗਰਦੀ ਤੇ ਉਤਰਾਈ ਹੈ ਸਰਕਾਰ ਨੇ ਹਰ ਹੀਲਾ ਵਸੀਲਾ ਵਰਤ ਕੇ ਦੇਖ ਲਿਆ ਜਦੋਂ ਕਾਮਯਾਬ ਨਹੀਂ ਹੋ ਰਹੀ ਤਾਂ ਹੁਣ ਇਹਨਾਂ ਪਹਾੜੇ ਦੇ ਗੁੰਡਿਆਂ ਤੇ ਰਾਹੀ ਇਸ ਆંદੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਦੁੱਖ ਹੁੰਦਾ ਜਦੋਂ ਅਜਿਹੀਆਂ ਤਸਵੀਰਾਂ ਦੇਖਦੇ ਆ ਇਸੇ ਕਰਕੇ ਸ਼ਾਇਦ ਅੱਜ ਤਲਖ ਦੇ ਵਿੱਚ ਵੀ ਬੋਲਣਾ ਪੈ ਰਿਹਾ ਕਿ ਇਸ ਲੋਕਤੰਤਰ ਦੇ ਵਿੱਚ ਜਦੋਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਮਨ ਬੜਾ ਦੁਖੀ ਤੇ ਪਰੇਸ਼ਾਨ ਹੁੰਦਾ ਕਿ ਸਥਾਨਕ ਲੋਕ ਨੇ ਚੜੇ ਲੰਬੇ ਸਮੇਂ ਤੋਂ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਯਕਾਇਕ ਇਹ ਕਹਿ ਦਿੱਤਾ ਜਾਂਦਾ ਕਿ ਸਥਾਨਕ ਲੋਕ ਬੜੇ ਜੀ ਦੁਖੀ ਹੋ ਗਏ ਸਥਾਨਕ ਲੋਕ ਕਹਿ ਰਹੇ ਨੇ ਕਿ ਤੁਸੀਂ ਦੇਸ਼ ਦੇ ਵਿਰੋਧੀ ਹੋ ਜਦਕਿ ਖਾਸ ਤੌਰ ਤੇ ਇੱਕ ਸੈਕਸ਼ਨ ਨੇ ਜੋ ਕੁਝ ਵੀ ਕੀਤਾ ਉਸ ਨੂੰ ਛੱਡ ਕੇ ਸ਼ਾਂਤਮਈ ਤਰੀਕੇ ਨਾਲ ਇਹ ਸਾਰਾ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਔਰ ਘਰਾਂ 'ਚ ਬੈਠੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਮਾਹੌਲ ਖਰਾਬ ਹੋ ਰਿਹਾ ਤੁਸੀਂ ਆਪਣੇ ਘਰਾਂ ਦੇ ਜੀਆਂ ਨੂੰ ਜਿਹੜਾ ਵਾਪਸ ਬੁਲਾ ਲਓ ਮੈਨੂੰ ਲੱਗਦਾ ਲੋਕ ਬੜੇ ਸਮਝਦਾਰ ਨੇ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਇਹ ਸਭ ਕੁਝ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਹੈ ਇਹ ਮਾਹੌਲ ਕਿਉਂ ਬਣਾਇਆ ਜਾ ਰਿਹਾ ਭਾਵੇਂ ਉਹ ਗਾਜ਼ੀਪੁਰ ਹੋਵੇ ਭਾਵੇਂ ਟਿੱਕਰੀ ਹੋਵੇ ਭਾਵੇਂ ਸਿੰਘੂ ਬਾਰਡਰ ਹੋਵੇ ਕੱਲ ਰਾਤ ਗਾਜ਼ ਕਿ ਚੰਦ ਕੰਟਿਆਂ ਦਾ ਇਹ ਅੰਦੋਲਨ ਰਹਿ ਗਿਆ ਹੁਣ ਅੰਦੋਲਨ ਦੇਖੋ ਕਿੰਨਾ ਦੁੱਗਣਾ ਤਿੱਗਣਾ ਹੋ ਕੇ ਵੱਧ ਫੁੱਲ ਰਿਹਾ ਇਸ ਕਰਕੇ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਪਲ-ਪਲ ਦੀ ਜਾਣਕਾਰੀ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਚੰਗਾ ਹੋਏ ਮਾੜਾ ਹੋਏ ਹਰ ਤਸਵੀਰ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਜੇਕਰ ਇਹ ਖਬਰ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਲੋਕਾਂ ਨੂੰ ਮਨਸ਼ਾ ਸਮਝ ਆ ਜਾਏ ਇਹ ਮਨਸ਼ਾ ਕੀ ਇਹ ਸਭ ਕੁਝ ਕਰਨ ਦੀ ਧੰਨਵਾਦ